ਵਿਧਾਇਕ ਲਖਵੀਰ ਸਿੰਘ ਰਾਏ ਨੇ 1 ਕਰੋੜ 77 ਲੱਖ ਰੁਪਏ ਦੀਆਂ ਵੰਡੀਆਂ ਗ੍ਰਾਂਟਾਂ। ਅਸੀਂ 6 ਲੱਖ ਦੀ ਗ੍ਰਾਂਟ ਪਹਿਲਾ ਜਿਹੜਾ ਵਾਅਦਾ ਸੀ ਸਾਡਾ ਕਿ ਅਸੀਂ ਸੋਲਰ ਸਿਸਟਮ ਉੱਪਰ ਜਿਹੜਾ ਲਿਫਟ ਬਣਨੀ ਆ ਉਹਦਾ 10 ਕਿਲੋਵਾਟ ਦਾ ਹੋਣਾ ਚਾਹੀਦਾ। ਅਸੀਂ ਉਹ ਬਾਰ ਐਸੋਸੀਏਸ਼ਨ ਫਤਿਹਗੜ੍ਹ ਸਾਹਿਬ ਨੂੰ ਸਰਦਾਰ ਭਗਵਾਨ ਸਿੰਘ ਮਾਨ ਸਾਹਿਬ ਦੀ ਜਿਹੜੀ ਸਾਡੇ ਤੇ ਕਿਰਪਾ ਹੋਈ ਉਹਨਾਂ ਨੇ ਉਹ ਗ੍ਰਾਂਟ ਭੇਜੀ ਆ। ਸੂਬਾ ਸਰਕਾਰ ਵੱਲੋਂ ਵਿਕਾਸ ਕਾਰਜਾਂ ਦੇ ਵਿੱਚ ਕਿਸੇ ਤਰ੍ਹਾਂ ਦੀ ਰੁਕਾਵਟ ਨਹੀਂ ਆਉਣ ਦਿੱਤੀ ਜਾਏਗੀ। ਬਾਰ ਮੈਂਬਰ ਹੋਣ ਦੇ ਨਾਤੇ ਕਿ ਕੋਈ ਵੀ ਕੰਮ ਅਸੀਂ ਰਹਿਣ ਨਹੀਂ ਦੇਣਾ ਬਾਰ ਦਾ। ਜੋ ਵੀ ਸਾਡੇ ਬਾਰ ਦੇ ਪ੍ਰਧਾਨ ਢਿੱਲੋਂ ਸਾਹਿਬ ਨੇ ਉਹਨਾਂ ਦੀ ਸਾਰੀ ਟੀਮ ਜੋ ਸਾਨੂੰ ਹੁਕਮ ਕਰੂਗੀ ਯਕੀਨ ਕਰਕੇ ਸਾਰੇ ਅਸੀਂ ਜਿਹੜੇ ਉਹਨਾਂ ਨੇ ਵਾਅਦੇ ਆ ਪੂਰੇ ਕਰਾਂਗੇ। ਸਰਕਾਰ ਵੱਲੋਂ ਪੰਜਾਬ ਨੂੰ ਰੰਗਲਾ ਸੂਬਾ ਬਣਾਉਣ ਦੇ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਨੇ। ਇਹ ਪ੍ਰਗਟਾਵਾ ਫਤਿਹਗੜ੍ਹ ਸਾਹਿਬ ਦੇ ਵਿਧਾਇਕ ਲਖਵੀਰ ਸਿੰਘ ਰਾਏ ਵੱਲੋਂ ਅੱਜ ਹਲਕੇ ਦੀਆਂ ਵੱਖ-ਵੱਖ ਪੰਚਾਇਤਾਂ ਨੂੰ ਵਿਕਾਸ ਕਾਰਜਾਂ ਦੇ ਲਈ ਰਾਸ਼ੀ ਦੇ ਚੈੱਕ ਦੇਣ ਸਮੇਂ ਕੀਤਾ ਗਿਆ। ਉਹਨਾਂ ਕਿਹਾ ਕਿ ਅੱਜ ਹਲਕਾ ਫਤਿਹਗੜ੍ਹ ਸਾਹਿਬ ਦੇ ਵੱਖ-ਵੱਖ ਪਿੰਡਾਂ ਨੂੰ 1 ਕਰੋੜ 77 ਲੱਖ ਰੁਪਏ ਦੀਆਂ ਗ੍ਰਾਂਟਾਂ ਦਿੱਤੀਆਂ ਗਈਆਂ ਨੇ, ਜਿਨ੍ਹਾਂ ਵਿੱਚ ਗਲੀਆਂ ਨਾਲੀਆਂ, ਪਾਰਕਾਂ ਤੇ ਜਿੰਮਾਂ, ਸ਼ਮਸ਼ਾਨ ਘਾਟ, ਗੰਦੇ ਪਾਣੀ ਦੀ ਨਿਕਾਸੀ, ਸਾਫ਼ ਪਾਣੀ ਮੁਹੱਈਆ ਕਰਾਉਣਾ, ਧਰਮਸ਼ਾਲਾ ਤੇ ਕਮਿਊਨਿਟੀ ਹਾਲ ਦੇ ਬਾਥਰੂਮਾਂ ਦੇ ਵਿਕਾਸ ਕਾਰਜ ਸ਼ਾਮਲ ਨੇ। ਸਿਰ ਫਤਿਹਗੜ੍ਹ ਸਾਹਿਬ ਗਏ ਸੀ, ਜਿਵੇਂ ਤੁਸੀਂ ਸਾਰੇ ਜਾਣਦੇ ਹੋ ਕਿ ਮੈਂ ਬਾਰ ਦਾ ਮੈਂਬਰ ਹਾਂ। ਮੇਰੇ ਸੀਨੀਅਰ ਸਾਹਿਬ ਔਰ ਮੇਰੇ ਸਾਥੀ ਕੁਲੀਗ ਜੂਨੀਅਰ ਸਾਰੇ ਅਸੀਂ ਬੈਠੇ ਹਾਂ। ਇਲੈਕਸ਼ਨ ਤੋਂ ਪਹਿਲਾਂ ਜਦੋਂ ਮੈਂ ਇੱਥੇ ਵੋਟ ਮੰਗਣ ਆਇਆ ਸੀ ਤਾਂ ਮੈਨੂੰ ਇਸ ਗੱਲ ਦਾ ਮਾਣ ਸੀ ਕਿ ਸਾਰੇ ਬਾਰ ਐਸੋਸੀਏਸ਼ਨ ਦੇ ਜਿੰਨੇ ਵੀ ਸਾਡੇ ਮੈਂਬਰ ਸਾਹਿਬਾਨ ਹੈ ਕਿਸੇ ਵੀ ਪਾਰਟੀ ਨਾਲ ਹੋਣ, ਮੇਰਾ ਬਹੁਤ ਜ਼ਿਆਦਾ ਸਮਰਥਨ ਕੀਤਾ ਸੀ। ਬਹੁਤ ਬੋਰਡ ਸਰਕਲ ਜਿਹੜੀ ਬਾਰ ਐਸੋਸੀਏਸ਼ਨ ਫਤਿਹਗੜ੍ਹ ਸਾਹਿਬ ਚੋਂ ਪਈ ਔਰ ਉਹਨਾਂ ਨੇ ਲੋਕਾਂ ਨੂੰ ਕਹਿ ਕੇ ਪੁਆਇਆ ਤੇ ਜਿਹੜੀਆਂ ਹੁਣ ਬਾਹਰ ਦੀਆਂ ਜਿਹੜੀਆਂ ਸਮੱਸਿਆਵਾਂ ਨੇ ਜਾਂ ਕੋਈ ਜਿਹੜੀਆਂ ਇਹਨਾਂ ਦੀਆਂ ਮੰਗਾਂ ਨੇ ਮੈਂ ਕਹਿ ਸਕਦਾ ਜਿਹੜਾ ਮੈਨੂੰ ਹੁਕਮ ਕਰਨਗੇ ਮੈਂ ਸਾਰੀਆਂ ਪੂਰੀਆਂ ਕਰੂੰਗਾ ਇਹਨਾਂ ਦੀ, ਕਿਉਂਕਿ ਮੈਂ ਇਹਨਾਂ ਦਾ ਮੈਂਬਰ ਹਾਂ। ਔਰ ਅੱਜ ਅਸੀਂ 6 ਲੱਖ ਦੀ ਗ੍ਰਾਂਟ, ਪਹਿਲਾ ਜਿਹੜਾ ਵਾਅਦਾ ਸੀ ਸਾਡਾ ਕਿ ਅਸੀਂ ਸੋਲਰ ਸਿਸਟਮ ਉੱਪਰ ਜਿਹੜਾ ਲਿਫਟ ਬਣਨੀ ਆ ਉਹਦਾ 10 ਕਿਲੋਵਾਟ ਦਾ ਹੋਣਾ ਚਾਹੀਦਾ। ਅਸੀਂ ਉਹ ਬਾਰ ਐਸੋਸੀਏਸ਼ਨ ਫਤਿਹਗੜ੍ਹ ਸਾਹਿਬ ਨੂੰ ਸਰਦਾਰ ਭਗਵਾਨ ਸਿੰਘ ਮਾਨ ਸਾਹਿਬ ਦੀ ਜਿਹੜੀ ਸਾਡੇ ਤੇ ਕਿਰਪਾ ਹੋਈ ਉਹਨਾਂ ਨੇ ਉਹ ਗ੍ਰਾਂਟ ਭੇਜੀ ਆ, ਉਹ ਮੈਂ ਇਹਨਾਂ ਨੂੰ ਲੈਟਰ ਹੈਂਡ ਓਵਰ ਕੀਤਾ ਅਤੇ ਮੈਂ ਵਿਸ਼ਵਾਸ ਦਵਾਉਣਾ ਸਾਡੀ ਬਾਰ ਨੂੰ ਕਿ ਮੈਂ ਬਾਰ ਮੈਂਬਰ ਹੋਣ ਦੇ ਨਾਤੇ ਕਿ ਕੋਈ ਵੀ ਕੰਮ ਅਸੀਂ ਰਹਿਣ ਨਹੀਂ ਦੇਣਾ ਬਾਰ ਦਾ। ਜੋ ਵੀ ਸਾਡੇ ਬਾਰ ਦੇ ਪ੍ਰਧਾਨ ਢਿੱਲੋਂ ਸਾਹਿਬ ਨੇ ਉਹਨਾਂ ਦੀ ਸਾਰੀ ਟੀਮ ਜੋ ਸਾਨੂੰ ਹੁਕਮ ਕਰੂਗੀ ਯਕੀਨ ਕਰਕੇ ਸਾਰੇ ਅਸੀਂ ਜਿਹੜੇ ਉਹਨਾਂ ਨੇ ਵਾਅਦੇ ਆ ਪੂਰੇ ਕਰਾਂਗੇ। ਵਿਧਾਇਕ ਲਖਵੀਰ ਸਿੰਘ ਰਾਏ ਨੇ 1 ਕਰੋੜ 77 ਲੱਖ ਰੁਪਏ ਦੀਆਂ ਵੰਡੀਆਂ ਗ੍ਰਾਂਟਾਂ। ਅੱਜ ਅਸੀਂ 6 ਲੱਖ ਦੀ ਗ੍ਰਾਂਟ, ਪਹਿਲਾ ਜਿਹੜਾ ਵਾਅਦਾ ਸੀ ਸਾਡਾ ਕਿ ਅਸੀਂ ਸੋਲਰ ਸਿਸਟਮ ਉੱਪਰ ਜਿਹੜਾ ਲਿਫਟ ਬਣਨੀ ਆ ਉਹਦਾ 10 ਕਿਲੋਵਾਟ ਦਾ ਹੋਣਾ ਚਾਹੀਦਾ। ਅਸੀਂ ਉਹ ਬਾਰ ਐਸੋਸੀਏਸ਼ਨ ਫਤਿਹਗੜ੍ਹ ਸਾਹਿਬ ਨੂੰ ਸਰਦਾਰ ਭਗਵਾਨ ਸਿੰਘ ਮਾਨ ਸਾਹਿਬ ਦੀ ਜਿਹੜੀ ਸਾਡੇ ਤੇ ਕਿਰਪਾ ਹੋਈ ਉਹਨਾਂ ਨੇ ਉਹ ਗ੍ਰਾਂਟ ਭੇਜੀ ਆ। ਸੂਬਾ ਸਰਕਾਰ ਵੱਲੋਂ ਵਿਕਾਸ ਕਾਰਜਾਂ ਦੇ ਵਿੱਚ ਕਿਸੇ ਤਰ੍ਹਾਂ ਦੀ ਰੁਕਾਵਟ ਨਹੀਂ ਆਉਣ ਦਿੱਤੀ ਜਾਏਗੀ। ਬਾਰ ਮੈਂਬਰ ਹੋਣ ਦੇ ਨਾਤੇ ਕਿ ਕੋਈ ਵੀ ਕੰਮ ਅਸੀਂ ਰਹਿਣ ਨਹੀਂ ਦੇਣਾ ਬਾਰ ਦਾ। ਜੋ ਵੀ ਸਾਡੇ ਬਾਰ ਦੇ ਪ੍ਰਧਾਨ ਢਿੱਲੋਂ ਸਾਹਿਬ ਨੇ ਉਹਨਾਂ ਦੀ ਸਾਰੀ ਟੀਮ ਜੋ ਸਾਨੂੰ ਹੁਕਮ ਕਰੂਗੀ ਯਕੀਨ ਕਰਕੇ ਸਾਰੇ ਅਸੀਂ ਜਿਹੜੇ ਉਹਨਾਂ ਦੇ ਵਾਅਦੇ ਆ ਪੂਰੇ ਕਰਾਂਗੇ। ਸਰਕਾਰ ਵੱਲੋਂ ਪੰਜਾਬ ਨੂੰ ਰੰਗਲਾ ਸੂਬਾ ਬਣਾਉਣ ਦੇ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਨੇ। ਇਹ ਪ੍ਰਗਟਾਵਾ ਫਤਿਹਗੜ੍ਹ ਸਾਹਿਬ ਦੇ ਵਿਧਾਇਕ ਲਖਵੀਰ ਸਿੰਘ ਰਾਏ ਵੱਲੋਂ ਅੱਜ ਹਲਕੇ ਦੀਆਂ ਵੱਖ-ਵੱਖ ਪੰਚਾਇਤਾਂ ਨੂੰ ਵਿਕਾਸ ਕਾਰਜਾਂ ਦੇ ਲਈ ਰਾਸ਼ੀ ਦੇ ਚੈੱਕ ਦੇਣ ਸਮੇਂ ਕੀਤਾ ਗਿਆ। ਉਹਨਾਂ ਕਿਹਾ ਕਿ ਅੱਜ ਹਲਕਾ ਫਤਿਹਗੜ੍ਹ ਸਾਹਿਬ ਦੇ ਵੱਖ-ਵੱਖ ਪਿੰਡਾਂ ਨੂੰ 1 ਕਰੋੜ 77 ਲੱਖ ਰੁਪਏ ਦੀਆਂ ਗ੍ਰਾਂਟਾਂ ਦਿੱਤੀਆਂ ਗਈਆਂ ਨੇ, ਜਿਨ੍ਹਾਂ ਵਿੱਚ ਗਲੀਆਂ ਨਾਲੀਆਂ, ਪਾਰਕਾਂ ਤੇ ਜਿੰਮਾਂ, ਸ਼ਮਸ਼ਾਨ ਘਾਟ, ਗੰਦੇ ਪਾਣੀ ਦੀ ਨਿਕਾਸੀ, ਸਾਫ਼ ਪਾਣੀ ਮੁਹੱਈਆ ਕਰਾਉਣਾ, ਧਰਮਸ਼ਾਲਾ ਤੇ ਕਮਿਊਨਿਟੀ ਹਾਲ ਦੇ ਬਾਥਰੂਮਾਂ ਦੇ ਵਿਕਾਸ ਕਾਰਜ ਸ਼ਾਮਲ ਨੇ। ਸਿਰ ਫਤਿਹਗੜ੍ਹ ਸਾਹਿਬ ਗਏ ਸੀ, ਜਿਵੇਂ ਤੁਸੀਂ ਸਾਰੇ ਜਾਣਦੇ ਹੋ ਕਿ ਮੈਂ ਬਾਰ ਦਾ ਮੈਂਬਰ ਹਾਂ। ਮੇਰੇ ਸੀਨੀਅਰ ਸਾਹਿਬ ਔਰ ਮੇਰੇ ਸਾਥੀ ਕੁਲੀਗ ਜੂਨੀਅਰ ਸਾਰੇ ਅਸੀਂ ਬੈਠੇ ਹਾਂ। ਇਲੈਕਸ਼ਨ ਤੋਂ ਪਹਿਲਾਂ ਜਦੋਂ ਮੈਂ ਇੱਥੇ ਵੋਟ ਮੰਗਣ ਆਇਆ ਸੀ ਤਾਂ ਮੈਨੂੰ ਇਸ ਗੱਲ ਦਾ ਮਾਣ ਸੀ ਕਿ ਸਾਰੇ ਬਾਰ ਐਸੋਸੀਏਸ਼ਨ ਦੇ ਜਿੰਨੇ ਵੀ ਸਾਡੇ ਮੈਂਬਰ ਸਾਹਿਬਾਨ ਹੈ ਕਿਸੇ ਵੀ ਪਾਰਟੀ ਨਾਲ ਹੋਣ, ਮੇਰਾ ਬਹੁਤ ਜ਼ਿਆਦਾ ਸਮਰਥਨ ਕੀਤਾ ਸੀ। ਬਹੁਤ ਬੋਰਡ ਸਰਕਲ ਜਿਹੜੀ ਬਾਰ ਐਸੋਸੀਏਸ਼ਨ ਫਤਿਹਗੜ੍ਹ ਸਾਹਿਬ ਚੋਂ ਪਈ ਔਰ ਉਹਨਾਂ ਨੇ ਲੋਕਾਂ ਨੂੰ ਕਹਿ ਕੇ ਪੁਆਇਆ ਤੇ ਜਿਹੜੀਆਂ ਹੁਣ ਬਾਹਰ ਦੀਆਂ ਜਿਹੜੀਆਂ ਸਮੱਸਿਆਵਾਂ ਨੇ ਜਾਂ ਕੋਈ ਜਿਹੜੀਆਂ ਇਹਨਾਂ ਦੀਆਂ ਮੰਗਾਂ ਨੇ ਮੈਂ ਕਹਿ ਸਕਦਾ ਜਿਹੜਾ ਮੈਨੂੰ ਹੁਕਮ ਕਰਨਗੇ ਮੈਂ ਸਾਰੀਆਂ ਪੂਰੀਆਂ ਕਰੂੰਗਾ ਇਹਨਾਂ ਦੀ, ਕਿਉਂਕਿ ਮੈਂ ਇਹਨਾਂ ਦਾ ਮੈਂਬਰ ਹਾਂ। ਔਰ ਅੱਜ ਅਸੀਂ 6 ਲੱਖ ਦੀ ਗ੍ਰਾਂਟ, ਪਹਿਲਾ ਜਿਹੜਾ ਵਾਅਦਾ ਸੀ ਸਾਡਾ ਕਿ ਅਸੀਂ ਸੋਲਰ ਸਿਸਟਮ ਉੱਪਰ ਜਿਹੜਾ ਲਿਫਟ ਬਣਨੀ ਆ ਉਹਦਾ 10 ਕਿਲੋਵਾਟ ਦਾ ਹੋਣਾ ਚਾਹੀਦਾ। ਅਸੀਂ ਉਹ ਬਾਰ ਐਸੋਸੀਏਸ਼ਨ ਫਤਿਹਗੜ੍ਹ ਸਾਹਿਬ ਨੂੰ ਸਰਦਾਰ ਭਗਵਾਨ ਸਿੰਘ ਮਾਨ ਸਾਹਿਬ ਦੀ ਜਿਹੜੀ ਸਾਡੇ ਤੇ ਕਿਰਪਾ ਹੋਈ ਉਹਨਾਂ ਨੇ ਉਹ ਗ੍ਰਾਂਟ ਭੇਜੀ ਆ, ਉਹ ਮੈਂ ਇਹਨਾਂ ਨੂੰ ਲੈਟਰ ਹੈਂਡ ਓਵਰ ਕੀਤਾ ਅਤੇ ਮੈਂ ਵਿਸ਼ਵਾਸ ਦਵਾਉਣਾ ਸਾਡੀ ਬਾਰ ਨੂੰ ਕਿ ਮੈਂ ਬਾਰ ਮੈਂਬਰ ਹੋਣ ਦੇ ਨਾਤੇ ਕਿ ਕੋਈ ਵੀ ਕੰਮ ਅਸੀਂ ਰਹਿਣ ਨਹੀਂ ਦੇਣਾ ਬਾਰ ਦਾ। ਜੋ ਵੀ ਸਾਡੇ ਬਾਰ ਦੇ ਪ੍ਰਧਾਨ ਢਿੱਲੋਂ ਸਾਹਿਬ ਨੇ ਉਹਨਾਂ ਦੀ ਸਾਰੀ ਟੀਮ
जो सानू हुक्म करूगी, यकीन करके सारे असीं जिहड़े उन्होंने वादे आ पूरे करांगे।